ਲਓ ਜੀ, ਵੈਲਕਮ ਬੈਕ ਜੀ ਆਇਆਂ ਨੂੰ। ਫਿਲਮ ਆਪਾਂ ਵੇਖਣ ਡਏ ਆ ਨੌਕਰ ਵੋਟੀ ਦਾ। ਨੌਕਰ ਵੋਟ, ਅੱਛਾ ਫਿਲਮ ਦਾ ਨਾਂ ਚੈੱਕ ਕਰੋ, ਨੌਕਰ ਵੋਟੀ ਦਾ। ਆਹੋ ਉਹਦੇ ਟਾਈਟਲ ਤੋਂ ਪਤਾ ਚੱਲ ਗਿਆ ਲੱਗਣ ਡੇ ਜਿਹੜੇ ਇੰਨੇ ਦੁਖੀ ਲੱਗਦੇ ਨੇ ਇਹ ਵਿਚਾਰੇ ਨੌਕਰਾਂ ਨਾਲ ਵੀ ਵਾਦ ਕਰ ਰਹੇ ਨੇ। ਇਹ ਪੁੱਛਣਾ ਹੈ ਤੇ ਮਿਰਜ਼ਾ ਗਾਲਬ ਨੂੰ ਪੁੱਛੋ। ਚਲੋ ਆਪਾਂ ਸ਼ੁਰੂ ਕਰ। ਨਾਮ ਰੱਖਣ ਨਾਲ ਕੋਈ ਸ਼ਿਵ ਕੁਮਾਰ ਬਟਾਲ ਵੀ ਨਹੀਂ ਹੋ ਜਾਂਦਾ ਜੀ। ਸਰ ਗੱਲ ਸੁਣ, ਲਿਫਟ ਕਰਦੇ ਬੰਦ, ਪੌੜੀਆਂ ਸਰ ਨਾਲ ਧੋ ਕੇ ਇਹਨੂੰ ਮਾਰ ਧੱਕਾ। ਸਰ ਮੈਂ ਆਪ ਜਾਣਾ, ਸਰ ਮੇਰੀ ਗੱਲ ਤਾਂ ਸੁਣੋ, ਮੈਨੂੰ ਹੱਥ ਨਾਲ ਮੈਂ ਢਿੱਡ ਮਾਰ ਦੂੰ ਮੁੱਕੀ ਮਾਰ ਕੇ। ਹਾਂ ਜਾਨ, ਹਾਂ ਮੈਂ ਉਹ ਜਿਮ ਵਾਲੀ ਫੋਟੋ ਤੇ ਕਮੈਂਟ ਕਰਤਾ ਸੀ ਲੁਕਿੰਗ ਵੈਰੀ ਪ੍ਰੀਟੀ। ਅੱਛਾ ਕਰ ਜਾ ਕੇ ਇੱਕ ਹੋਰ ਪੋਸਟ ਕੀਤੀ। ਮੈਂ ਕਰਦਾ ਜਾਨ, ਮੈਂ ਹੁਣ ਹੀ ਕਰਦਾ। ਕੀ ਕਰੇ ਬੰਦਾ ਉਹਦਾ। ਸਿਰ ਚ ਪਾ ਦੇ ਇਹਨੂੰ ਮੇਰੇ, ਮਾਰੂ ਗਿੱਚੀ ਚ। ਇੱਥੇ ਕਿਹੜਾ ਪਲੇਟਾਂ ਜਿਹੀ ਪੂੰਜੀ ਜਾਈ, ਆ ਤੰਦੂਰ ਨਹੀਂ ਤਪਾਇਆ ਅੱਜ। ਤੰਦੂਰੀਆ ਤਾਂ ਜਾਇਆ ਨਹੀਂ ਬੀਬੀ ਜੀ। ਫਿਰ ਗਾਹਕਾਂ ਨੂੰ ਕੱਲੀ ਸਬਜ਼ੀ ਹੀ ਖਵਾ ਦਿਓ, ਆ ਗੋਲਡੀ ਨੇ ਉਠਾਇਆ ਹਲੇ ਤਾਈ ਸੁੱਤਾ ਹੀ ਪਿਆ। ਉਹਨੂੰ ਉਹਦੀ ਮਾਂ ਉਠਾ ਸਕਦੀ ਆ, ਸਾਡੇ ਤਾਂ ਮਰਦਾ ਹੈ ਲੱਤਾਂ। ਬੇੜਾ ਤਰਜੇ ਇਹੋ ਜਿਹੇ ਦਾ, ਪਤਾ ਨਹੀਂ 9-9 ਘੰਟੇ ਇੱਕੋ ਪਾਸੇ ਤੇ ਕਿਵੇਂ ਸੁੱਤਾ ਰਹਿੰਦਾ, ਇਹਦਾ ਪਾਸਾ ਵੀ ਨਹੀਂ ਸੌਂਦਾ। ਮਾਤਾ ਚੰਗਾ ਕੀਤਾ ਯਾਰ ਖਰਾਬਤਾ ਜੀ, ਮੈਂ ਵੀ ਸੋਚੀ ਜਾਂਦਾ ਸੀ ਕੁਛ ਭੁੱਲ ਗਿਆ, ਪਾਸਾ ਲੈਣਾ ਹੀ ਭੁੱਲ ਗਿਆ। ਮੂੰਹ ਤੇਰਾ ਇਹੋ ਜਿਹੇ ਦਾ, ਸ਼ਰਮਾ ਦੀ ਡੁੱਲਗੀ ਦਾਲ, ਹਜ਼ਾਰ ਤਾਂ ਡੋਲ ਕੇ ਹੀ ਖਾਂਦੇ ਹੁੰਦੇ ਆ। ਮਾਤਾ ਇਹਨਾਂ ਦੇ ਵੈਸੇ ਕੁਕੜੀ ਆਂਡਾ ਦੇ ਕੇ ਨਹੀਂ ਕੁੜਕੁੜ ਕਰਦੀ, ਜੇ ਨਾ 24 ਘੰਟੇ ਤੂੰ ਕੁੜਕੁੜ ਕਰਦੀ ਹੈ। ਆ ਜੰਮਿਆ ਸੀ ਕਿ ਗੰਦਾ ਆਂਡਾ, ਜੀਜੋ ਇੱਕ ਲੈਣਾ ਚੂਚਾ ਨਿਕਲਿਆ। ਜਿਸ ਦਿਨ ਇਹ ਚੂਚਾ ਕੁੱਕੜ ਬਣ ਗਿਆ ਨਾ, ਇਸ ਕੁੱਕੜ ਦੀਆਂ ਬਾਂਗਾਂ ਸਾਰਾ ਸੰਸਾਰ ਸੁਣੇਗਾ। ਬੇ ਤੂੰ ਖੜਾ ਹੋ ਜਾ, ਤੰਦੂਰੀਆ ਨਹੀਂ ਆਇਆ, ਤੰਦੂਰ ਤੇ ਪਾਲਾ ਉੱਠ ਕੇ। ਵਾਹ, ਦੁਨੀਆਂ ਦੀਆਂ ਮਾਵਾਂ ਆਪਣੇ ਪੁੱਤ ਨੂੰ ਰੋਟੀ ਖਾਣ ਲਈ ਉਠਾਉਂਦੀਆਂ ਨੇ, ਆ ਪਹਿਲੀ ਮਾਂ ਹੈ ਜਿਹੜੀ ਪੁੱਤ ਨੂੰ ਉਠਾਉਂਦੀ ਹੈ ਰੋਟੀ ਪਕਾਉਣ ਲਈ। ਔਰ ਤੈਨੂੰ ਪਤਾ ਮਾਤਾ, ਮੇਰੇ ਵਰਗੀ ਕੰਪੋਜੀਸ਼ਨ ਕੋਈ ਨਹੀਂ ਬਣਾਉਂਦਾ ਇੱਥੇ। ਵੇ ਮੇਰੇ ਕਲੇਜੇ ਦਾ ਉਦੋਂ ਠੰਡ ਪਊਗੀ ਜਿੱਦਾਂ ਤੂੰ ਕਹੇਗਾ। ਮਾਤਾ ਮੇਰੇ ਵਰਗੀ ਭਿੰਡੀ ਕੋਈ ਨਹੀਂ ਬਣਾਉਂਦਾ। ਮਾਤਾ ਤੂੰ ਸਮਝਦੀ ਨਹੀਂ, ਕੰਮ ਮੇਰਾ ਵੀ ਢਾਬੇ ਵਾਲਾ ਹੀ ਹੈ, ਲੋਕਾਂ ਦੇ ਲਿਖੇ ਗੀਤਾਂ ਨੂੰ ਮੈਂ ਆਪਣੇ ਸੰਗੀਤ ਦਾ ਤੜਕਾ ਲਾਉਣਾ। ਸਭ ਜਾਣਦੀ ਆ ਮੈਂ, ਜਿਹੇ ਜਾ ਵੇਲਣ ਤੂੰ ਉਹੇ ਜਾ ਤੇਰਾ ਬਾਂਦਰ ਜਾ ਲਖਾਰੀ ਯਾਰ ਸ਼ਵਿੰਦਰ। ਉਹ ਮੇਰੇ ਟੈਲੈਂਟ ਦੀ ਕਦਰ ਕਰਦਾ, ਤੈਨੂੰ ਪਤਾ ਕਿੰਨੀ ਇੱਜ਼ਤ ਕਰਦਾ ਮੇਰੀ। ਉਹ ਗੋਲਡੀ, ਗੋਲਡੀ, ਉਹ ਗੋਲਡੀ ਸਾਲਿਆ ਕੁੱਤਿਆ ਕਮੀਨਿਆ, ਜੀ ਕਰਦਾ ਤੇਰੇ ਕੰਨ ਤੇ ਥੱਪੜ ਮਾਰਾਂ ਮੈਂ। ਇੱਜ਼ਤ, ਵਾਹ, ਜੇ ਇਹਨੂੰ ਇੱਜ਼ਤ ਕਹਿਣਾ ਨਾ, ਫੇਰ ਨਹੀਂ ਤੈਨੂੰ ਕਦੇ ਬੇਇੱਜ਼ਤੀ ਮਹਿਸੂਸ ਹੋਣੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਵੀ ਸੁਣ ਗਈ ਸੀ। ਪ੍ਰੋਡਿਊਸਰ ਪਤਾ, ਮੈਂ ਤਾਂ ਆਪਣੀ ਘਰਵਾਲੀ ਨੂੰ ਮੈਸੇਜ ਲਿਖਾਉਣ ਨੂੰ ਫਿਰਦਾ ਸੀ। ਤੇ ਕੀ ਪ੍ਰੋਬਲਮ ਹੈ ਤੈਨੂੰ? ਉਹ ਪ੍ਰੋਡਿਊਸਰ ਦੇ ਘਰਵਾਲੀ ਨੂੰ ਤਾਂ ਲੋਕੀ ਮੁਫਤੀ ਮੈਸੇਜ ਲਿਖਣ ਨੂੰ ਤਰਸਦੇ ਆ। ਹੈਲੋ ਮੈਮ, ਗੁੱਡ ਮਾਰਨਿੰਗ ਮੈਮ, ਤੈਨੂੰ ਤੇ ਅਗਲਾ ਪੈਸੇ ਦੇ ਰਿਹਾ ਸੀ। ਉਹ ਤੂੰ ਬਕਵਾਸ ਬੰਦ ਕਰ, ਮੈਨੂੰ ਐਸੀ ਮੇਰਾ ਕੋਈ ਗਾਣਾ ਖਰੀਦੂਗਾ, ਮੈਂ ਆਪਣੇ ਘਰ ਦਾ ਰੈਂਟ ਭਰੂੰਗਾ। ਹੁਣ ਫਿਰ ਮੈਨੂੰ ਘਰੇ ਆਪਣੀ ਚੋਰੀ ਛਿਪੇ ਜਾਣਾ ਪੈਣਾ। ਸ਼ਵਿੰਦਰ ਜੀ, ਸ਼੍ਰੀ ਸ਼ਵਿੰਦਰ ਜੀ, ਜੇ ਜਨਾਬ ਕੋਲ 2 ਮਿੰਟ ਟਾਈਮ ਹੋਵੇ ਤਾਂ ਆਪਾਂ ਗੱਲ ਕਰ ਸਕਦੇ ਹਾਂ। ਕੀ ਗੱਲ ਬੰਸਲ ਸਾਹਿਬ, ਕੋਈ ਅਰਜੈਂਟ ਕੰਮ ਸੀ? ਫਟਾਫਟ ਦੱਸੋ, ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ। ਤੂੰ ਕੋਈ ਤਾਂ ਬਿਜ਼ੀ ਹੋ ਗਿਆ ਹੋਵੇ, ਜੇ ਮੈਨੂੰ ਕਹਿ ਕੇ ਕਹਿ ਦੇਵੇ ਨਾ ਵੀ ਸ਼ਹਿਰ 'ਚ ਇੱਕ ਵੀ ਬੰਦਾ ਵਿਹਲਾ ਨਹੀਂ ਤਾਂ ਮੈਂ ਸਮਝਾਂਗਾ ਤੂੰ ਸ਼ਹਿਰ ਤੋਂ ਬਾਹਰ ਗਿਆ। ਬੰਸਲ ਸਾਹਿਬ, ਤੁਸੀਂ ਇੱਕ ਫਿਊਚਰ ਕਲਾਕਾਰ ਦੀ ਬੇਇੱਜ਼ਤੀ ਕਰ ਰਹੇ ਹੋ। ਹੋਏਗਾ ਤੂੰ ਫਿਊਚਰ ਕਲਾਕਾਰ, ਪਰ ਪ੍ਰੈਜੈਂਸ ਤਾਂ ਬੇਕਾਰ ਹੀ ਹੈ ਨਾ। ਮੈਨੂੰ ਮੇਰਾ ਕਿਰਾਇਆ ਦੇ, ਮੈਂ ਤੇਰੇ ਨਾਲ ਝੱਕ ਰੱਖ ਲਈ। ਬੰਸਲ ਸਾਹਿਬ, ਮੈਨੂੰ ਰਲਾ ਬਣਾ ਕੇ ਸਾਰਾ ਕਿਰਾਇਆ ਦੱਸੋ, ਹੁਣ ਤੱਕ ਦਾ ਬਣਿਆ ਕਿੰਨਾ? ਅੱਛਾ, ਜਿੱਦਣ ਤੈਨੂੰ ਇਕੱਠਾ ਕਿਰਾਇਆ ਦੇਣਾ ਪੈ ਗਿਆ ਨਾ, ਤੈਨੂੰ ਇਹ ਨਹੀਂ ਪਤਾ ਲੱਗਣਾ ਤੂੰ ਕਿਰਾਇਆ ਦੇ ਰਿਹਾ ਕਿ ਘਰ ਖਰੀਦ ਰਿਹਾ। ਆ ਕੀ ਕਰ ਰਿਹਾ? ਬੈਗ ਤਾਂ ਐਂ ਫਰੋਲ ਰਿਹਾ ਜਿਵੇਂ ਇਹ 'ਚ ਖਜ਼ਾਨਾ ਲਗਾਇਆ ਹੋਵੇ। ਬੰਸਲ ਸਾਹਿਬ, ਤੁਸੀਂ ਮੈਨੂੰ ਅੰਡਰ ਐਸਟੀਮੇਟ ਕਰ ਰਹੇ ਹੋ, ਮੈਂ ਇੱਕ ਸੱਚਾ ਕਲਾਕਾਰ ਹਾਂ, ਉਹ ਗੱਲ ਵੱਖਰੀ ਹੈ। ਇਸ ਵੇਲੇ ਸਿਰਫ ਮੇਰੇ ਕੋਲ ਕਲਾ ਹੈ, ਕਾਰ ਹੈ ਨਹੀਂ, ਪਰ ਕਾਰ ਆਉਣ ਨੂੰ ਵੀ ਬਹੁਤ ਹੀ ਦੇਰ ਨਹੀਂ ਲੱਗਣੀ। ਬੰਸਲ ਸਾਹਿਬ, ਆ ਲਓ
ਕੀ ਆ ਇਹ? ਮੇਰਾ ਨਵਾਂ ਗਾਣਾ। ਕੱਲ ਨੂੰ ਇਹਦੀ ਜਿੰਨੀ ਵੀ ਰੋਇਲਟੀ ਆਊਗੀ ਨਾ, ਸਾਰੇ ਪੈਸੇ ਤੁਹਾਡੇ। ਨਾ ਜੀ, ਉਸ ਤੋਂ ਪਹਿਲਾਂ ਮੈਂ ਪੈਸੇ ਖਰਚਣੇ ਹੋਣ ਤੇ ਲੋਕਾਂ ਨੂੰ ਮੈਂ ਤੇਰਾ ਗਾਣਾ ਸੁਣਾਇਆ ਕਰਾਂ। ਬਾਂਸਲ ਸਾਹਿਬ, ਮੇਰੀ ਇੰਨੀ ਬੇਇੱਜ਼ਤੀ ਨਾ ਕਰਿਆ ਕਰੋ, ਨਹੀਂ ਤਾਂ। ਨਹੀਂ ਤਾਂ ਕੀ ਵਾ? ਕੀ? ਮੈਂ ਦੋਨੋਂ ਹੱਥ ਜੋੜ ਲੈਣੇ ਨੇ ਆਪਦੇ। ਦੇਖ, ਤੈਨੂੰ ਆ ਡਰਾਮੇ ਕਰਦੇ ਨੂੰ ਬਹੁਤ ਚਿਰ ਹੋ ਗਿਆ। ਗਾਣਾ ਤੇਰਾ ਇੱਕ ਨਹੀਂ ਵਿਕਦਾ, ਕੋਈ ਚਾਹੀਦਾ ਕੰਮ ਲੱਭ ਲਾ, ਮੈਨੂੰ ਮੇਰਾ ਕਿਰਾਇਆ ਦੇ ਤੇ ਜੋ ਮਰਜ਼ੀ ਕਰ, ਸਮਝ ਗਿਆ? ਚੱਲ। ਕੀ? ਮੇਰੇ ਪੈਸੇ। ਭਾਬੀ ਜੀ, ਤੁਸੀਂ ਪਰ ਬਾਂਸਲ ਸਾਹਿਬ ਨਾਲ ਮੇਰੀ ਕਿਰਾਏ ਦੀ ਗੱਲ ਤਾਂ ਹੋ ਗਈ ਜੀ। ਮੈਂ ਘਰ ਦਾ ਨਹੀਂ, ਦਿਲ ਦਾ ਕਿਰਾਇਆ ਲੈਣ ਨੂੰ, ਜਿਹਦੇ 'ਚ ਤੁਸੀਂ ਸਾਲਾਂ ਤੋਂ ਰਹਿ ਰਹੇ ਹੋ। ਮੈਨੂੰ ਲੱਗਦਾ ਮੈਂ ਨਹੀਂ ਜੀ, ਤੁਹਾਡੇ ਦਿਲ 'ਚ ਕੋਈ ਵਹਿਮ ਰਹਿ ਰਿਹਾ। ਕੋਈ ਨਾ ਜੀ, ਮੈਂ ਇਸੇ ਵਹਿਮ ਨਾਲ ਰਹਿ ਲੂੰਗੀ। ਤੁਸੀਂ ਤਾਂ ਰਹਿ ਲਓਗੇ ਜੀ ਵਹਿਮ 'ਚ, ਪਰ ਮੈਥੋਂ ਸੜਕਾਂ 'ਤੇ ਨਹੀਂ ਰਹਿ ਜਾਣਾ। ਜੇ ਕਿਤੇ ਬਾਂਸਲ ਸਾਹਿਬ ਨੂੰ ਪਤਾ ਲੱਗਿਆ ਨਾ, ਚੱਕ ਕੇ ਮੇਰੀ ਟਿੰਡ ਫੋੜੀ ਬਾਹਰ ਮਾਰਨੀ ਆ, ਨਾਲੇ ਮੈਂ ਵਿਆਹਿਆ ਵਰਿਆ ਬੰਦਾ। ਮੈਂ ਕਿਹੜਾ ਅਨਮੈਰਿਡ ਹਾਂ? ਤੁਸੀਂ ਐਂ ਨਾ ਕਰਿਆ ਕਰੋ ਜੀ, ਮੈਨੂੰ ਚੰਗਾ ਨਹੀਂ ਲੱਗਦਾ। ਭਾਵੇਂ ਚੰਗਾ ਨਾ ਲੱਗਦਾ ਹੋਵੇ, ਪਰ ਮਜ਼ਾ ਤਾਂ ਆਉਂਦਾ ਹੋ। ਮਜ਼ਾ? ਸ਼ਰਮ ਆਦਮੀ ਦਾ ਗਹਿਣਾ ਹੁੰਦਾ ਜੀ, ਤੇ ਬੇਸ਼ਰਮੀ ਆਦਮੀ ਦੀ ਲੋਟਰੀ ਜੀ। ਪਿੰਕੀ! ਹਾਂ ਜੀ, ਆਈ ਜੀ। ਮੈਂ ਪਹਿਲਾਂ ਜੱਟੂ ਜੀ ਨੂੰ ਬਾਂਸਲ ਮਾਰੂ। ਨੀਤੂ! ਲੱਭੋ ਨੀਤੂ! ਮੰਨਤ ਪੁੱਤ! ਮੈਂ ਮੰਨਤ ਨੂੰ ਲੈ ਕੇ ਹਮੇਸ਼ਾ ਲਈ ਘਰ ਛੱਡ ਕੇ ਆਪਣੇ ਪੇਰੈਂਟਸ ਦੇ ਘਰ ਜਾ ਰਹੀ ਹਾਂ। ਸ਼ੁਰਿੰਦਰ, ਕਦੇ ਸੋਚਿਆ ਨਹੀਂ ਸੀ ਜੋ ਮੈਂ ਤੂੰ ਤੈਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਸੀ, ਤੈਨੂੰ ਅੱਜ ਇਹ ਸਭ ਆਪਣੀ ਦੇਖਣਾ ਪੈ ਰਿਹਾ। ਤੂੰ ਹਮੇਸ਼ਾ ਆਪਣੇ ਨਾਲ ਸੀ। ਤੁਸੀਂ ਇਕੱਲੇ ਰਹਿ ਸਕਦੇ ਹੋ, ਮੈਂ ਨਹੀਂ ਰਹਿ ਸਕਦਾ। ਸਾਰੀ ਉਮਰ ਹੌਸਲਾਂ 'ਚ ਇਕੱਲੇ ਹੀ ਰਿਹਾ ਮੈਂ। ਸਾਡੇ ਘਰੇ ਆ ਕੇ ਤਮਾਸ਼ਾ ਨਾ ਕਰਿਓ। ਮੈਨੂੰ ਕੀ ਲੋੜ ਹੈ ਤਮਾਸ਼ਾ ਕਰਨ ਦੀ? ਅੱਜ ਤੋਂ ਬਾਅਦ ਜੇ ਤੁਹਾਡੀ ਦੇੜੀ 'ਤੇ ਵੀ ਚੜ ਗਿਆ ਨਾ, ਤਾਂ ਮੈਨੂੰ ਸ਼ਵਿੰਦਰ ਨਾ ਕਹੀ। ਗੁੱਡ ਬਾਏ ਨੀਤੂ ਕੌਰ, ਗੁੱਡ ਬਾਏ। ਉਹ ਯਾਰ, ਕੌਣ ਪਾਗਲ ਹੈ ਜਿਹੜਾ ਬਾਹਰ ਗੇਟ ਤੇ ਘੰਟੀਆਂ ਮਾਰੀ ਜਾ ਰਿਹਾ? ਕੋਈ ਜਾਨਵਰ ਹੋਣਾ, ਸਿੰਘ ਮਾਰਦਾ ਹੋਣਾ। ਬੈਲ ਕਿਤੇ ਖਰਾਬ ਤੇ ਨਹੀਂ ਹੋ ਗਈ? ਪਾਪਾ, ਆਓ ਕਾਕਾ ਜੀ। ਤੁਸੀਂ ਮੇਰੇ ਘਰ ਵਾਲੀ ਤੇ ਮੇਰੀ ਧੀ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ, ਮੈਂ ਹੁਣੇ ਪੁਲਿਸ ਬੁਲਾ ਲੈਣੀ ਹੈ। ਨਹੀਂ, ਫਟਾਫਟ ਉਹਨਾਂ ਨੂੰ ਬਾਹਰ ਲੈ ਕੇ ਆਓ। ਮੈਂ ਭਲਾ ਆਪਣੀ ਧੀ ਤੇ ਦੋਤੀ ਨੂੰ ਕਿਉਂ ਕਿਡਨੈਪ ਕਰੂੰਗਾ? ਅੱਛਾ, ਫਿਰ ਇਹ ਗੱਲ ਹੈ, ਮੰਨਤ ਨੀਤੂ ਨੂੰ ਫਟਾਫਟ ਬਾਹਰ ਲੈ ਕੇ ਆਓ। ਪਹਿਲਾਂ ਤੁਸੀਂ ਅੰਦਰ ਤੇ ਆਓ। ਦੇਖੋ, ਸਿੱਧੀ ਜੀ ਗੱਲ ਹੈ, ਇੱਕ ਹੱਥ ਉਹਨਾਂ ਨੂੰ ਬਾਹਰ ਕੱਢੋ, ਇੱਕ ਹੱਥ ਮੈਂ ਅੰਦਰ ਆ ਜਾਊਂਗਾ। ਉਹ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ ਕਾਕਾ ਜੀ, ਇਹ ਕੋਈ ਕਿਡਨੈਪਿੰਗ ਦੀ ਡੀਲ ਚੱਲ ਰਹੀ ਹੈ ਕਿ? ਉਧਰੋਂ ਮੇਰੀ ਵਾਈਫ ਤੇ ਧੀ ਨੂੰ ਭੇਜੋ ਤੇ ਇਧਰੋਂ ਸੂਟਕੇਸ ਜਾਊਗਾ। ਮੈਂ ਤਾਂ ਕਹਿੰਦਾ ਤੁਸੀਂ ਅੰਦਰ ਆ ਜਾਓ, ਆਪਾਂ ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ। ਗੱਲ ਮੈਂ ਖੜੇ ਖੜੇ ਕਰਨੀ ਹੈ। ਉਹ ਠੀਕ ਹੈ, ਤੁਸੀਂ ਅੰਦਰ ਜਾ ਕੇ ਖੜੇ ਖੜੇ ਗੱਲ ਕਰ ਲਿਓ, ਅਸੀਂ ਤੁਹਾਨੂੰ ਬੈਠਣ ਨੂੰ ਨਹੀਂ ਕਹਿੰਦੇ। ਪਰ ਤੁਸੀਂ ਅੰਦਰ ਤੇ ਆ ਜਾਓ, ਘਰ ਦੀ ਗੱਲ ਘਰ 'ਚ ਰਹਿ ਜੂਗੀ। ਅੱਛਾ ਜੀ, ਮੇਰੇ ਘਰ ਦੀ ਗੱਲ ਤਾਂ 10 ਕਿਲੋਮੀਟਰ ਦੂਰ ਆਪਣੇ ਪੇਕਿਆਂ ਤੱਕ ਆ ਗਈ। ਉਹ ਅਸੀਂ ਕਿਹੜਾ ਉਹਨਾਂ ਨੂੰ ਕਾਰਡ ਦੇ ਕੇ ਬੁਲਾਇਆ ਸੀ ਜੀ? ਤੁਸੀਂ ਅੰਦਰ ਆਓ ਤੇ ਨੀਤੂ ਨੂੰ ਮਨਾ ਕੇ ਲੈ ਜਾਓ। ਨੀਤੂ ਨੂੰ ਮੈਂ ਮਨਾਉਣਾ,
ਇੱਕ ਬਾਪ ਦਾ ਫਰਜ਼ ਹੁੰਦਾ ਧੀ ਨੂੰ ਵਿਦਾ ਕਰਨਾ। ਉਹ ਜਦੋਂ ਵਿਦਾ ਕਰਨ ਦਾ ਟਾਈਮ ਸੀ ਉਦੋਂ ਤਾਂ ਤੁਸੀਂ ਉਹਨੂੰ ਭਜਾ ਕੇ ਉਹਦੇ ਨਾਲ ਵਿਆਹ ਕਰਾ ਲਿਆ। ਹੁਣ ਤੁਸੀਂ ਮੈਨੂੰ ਮੇਰਾ ਫਰਜ਼ ਨਾ ਯਾਦ ਕਰਾਓ, ਤੁਸੀਂ ਚੁੱਪ ਕਰਕੇ ਅੰਦਰ ਆ ਜਾਓ, ਇਹ ਤੁਹਾਡੇ ਲਈ ਵੀ ਠੀਕ ਰਹੇਗਾ। ਅੱਛਾ ਜੀ, ਚੰਗਾ ਠੀਕ ਹੈ, ਫਿਰ ਮੈਨੂੰ ਅੰਦਰ ਲੈ ਚੱਲੋ। ਚਲੋ ਚੱਲੀਏ। ਕੀ ਚੱਲੀਏ? ਮੈਂ ਤੈਨੂੰ ਸਾਫ ਸਾਫ ਲਿਖਿਆ ਸੀ ਨਾ ਕਿ ਇੱਥੇ ਆ ਕੇ ਤਮਾਸ਼ਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਉਹ ਕੀ ਸਾਫ ਸਾਫ ਲਿਖਿਆ ਸੀ? ਘੰਟਾ ਲੱਗ ਗਿਆ ਮੈਨੂੰ ਤੇਰੀ ਚਿੱਠੀ ਪੜਨ ਨੂੰ। ਤਮਾਸ਼ੇ ਨੂੰ ਤੁਸਾਮਾ ਲਿਖਿਆ ਹੋਇਆ ਸੀ ਤੇ ਆਪਣਾ ਨਾਂ ਵੀ ਗਲਤ। ਨੀਤੂ ਲਿਖਣ ਲੱਗੇ ਤੇ ਤੇਰੇ ਪੈਰ 'ਚ ਔਂਕੜ ਨਹੀਂ, ਤੂੰ ਲੈਂਕੜ ਪੈਂਦਾ ਹੁੰਦਾ, ਲਿਖਿਆ ਸੀ ਸਾਫ ਸਾਫ। ਤੁਹਾਨੂੰ ਕੋਈ ਪਰੇਸ਼ਾਨੀ ਨਾ ਰਹੇ, ਬਾਜਵਾ ਸਾਹਿਬ ਨੀਵੇਂ ਕਿਉਂ ਹੋਏ ਸਰ? ਹੱਥ ਦਾ ਬੋਸਾ ਲਿਆ ਨੀ ਮੈਂ ਫਿਲਮ ਦੇ ਹਿਸਾਬ ਨਾਲ। ਸ਼ਾਬਾਸ਼ੇ, ਇੱਕ ਦਿਨ ਦੇ ਵਿੱਚ ਪਿਓ ਨੂੰ ਗੇਮ ਨਾਲ ਰਿਪਲੇਸ ਕਰਾਤਾ। ਜੇ ਕਿਤੇ ਮਹੀਨਾ ਖੰਡ ਇੱਥੇ ਹੋਰ ਰਹਿ ਗਈ ਨਾ, ਉਹਨੇ ਫਾਦਰਸ ਨੇਮ ਦੀ ਜਗ੍ਹਾ ਤੇ ਕੈਂਡੀ ਕ੍ਰਸ਼ ਲਿਖਵਾਇਆ ਕਰਨਾ। ਤੂੰ ਕੀ ਸੋਚ ਕੇ ਸਾਨੂੰ ਲੈਣ ਆਇਆ? ਨਾ ਤੇਰੇ ਕੋਲ ਕਿਰਾਏ ਦੇਣ ਦੇ ਪੈਸੇ, ਨਾ ਤੇਰੇ ਕੋਲ ਮੰਨਤ ਦੀ ਫੀਸ ਦੇਣ ਦੇ ਪੈਸੇ, ਨਾ ਹੀ ਘਰ ਦਾ ਖਰਚ ਚਲਾਉਣ ਦੇ ਪੈਸੇ, ਵੱਡਾ ਲੈਣ ਆਇਆ। ਮੈਂ ਹੁਣ ਬੰਦੇ ਦੀ ਲਾਈਫ 'ਚ ਪੈਸਾ ਤਾਂ ਥੋੜਾ ਮੋਟਾ ਉੱਤੇ ਥੱਲੇ ਹੋ ਹੀ ਜਾਂਦਾ। ਪੁੱਤਰ ਜੀ, ਜਦੋਂ ਦਾ ਅਸੀਂ ਤੁਹਾਨੂੰ ਦੇਖ ਰਹੇ ਹਾਂ ਨਾ, ਤੁਹਾਡਾ ਮਾਮਲਾ ਥੱਲੇ ਥੱਲੇ ਹੀ ਜਾ ਰਿਹਾ। ਉੱਤੇ ਨਹੀਂ ਹੋਇਆ। ਤੂੰ ਦੇਖ, ਤੈਨੂੰ ਪਤਾ ਮੈਂ ਕਿੰਨਾ ਜ਼ਿੱਦੀ ਹਾਂ ਤੇ ਤੈਨੂੰ ਲੈ ਬਿਨਾ ਇੱਥੋਂ ਮੈਂ ਜਾਣਾ ਨਹੀਂ। ਹੁਣ ਵਾਲੇ ਡਰਾਮੇ ਨਾ ਕਰ, ਚੁੱਪ ਕਰਕੇ ਆਪਣੀ ਟਿੰਡ ਫੋੜੀ ਇਕੱਠੀ ਕਰ ਲੈ ਤੇ ਮੇਰੇ ਨਾਲ ਤੁਰ ਚੱਲ। ਸ਼ਿਵਿੰਦਰ, ਤੂੰ ਭੁੱਲ ਰਿਹਾ, ਜਦੋਂ ਮੈਂ ਤੇਰੇ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ ਸੀ ਉਦੋਂ ਡੈਡੀ ਵੀ ਮੈਨੂੰ ਰੋਕ ਨਹੀਂ ਪਾਈ ਸੀ, ਤੇ ਅੱਜ ਜਦੋਂ ਮੈਂ ਤੈਨੂੰ ਛੱਡਣ ਦਾ ਫੈਸਲਾ ਕੀਤਾ ਹੈ, ਤੂੰ ਵੀ ਮੈਨੂੰ ਰੋਕ ਨਹੀਂ ਪਾਈਂਗੀ। ਰਹੀ ਗੱਲ ਮੰਨਤ ਦੀ, ਉਹਨੇ ਬਹੁਤ ਡਰਾਮੇ ਵੇਖ ਲਏ ਇਸ ਛੋਟੀ ਉਮਰ 'ਚ। ਪਲੀਜ਼ ਮੰਨਤ ਲਈ ਸਹੀ, ਸਾਨੂੰ ਚੈਨ ਨਾਲ ਜੀ ਲੈਣ ਦੇ, ਇੱਥੋਂ ਜਾ। ਸਭ ਚੰਗਾ ਨਹੀਂ ਕਰ ਰਹੀ। ਪਾਪਾ, ਅਨੰਤ ਪੁੱਤ, ਮੰਮਾ ਦਾ ਖਿਆਲ ਰੱਖਣਾ, ਠੀਕ ਹੈ? ਪਾਪਾ, ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਮੈਂ ਤੈਨੂੰ ਮਿਲਦਾ ਕੋਈ ਨਾ ਕੋਈ ਹਿੱਲਾ ਲੱਭ ਹੀ ਲੈਣਾ, ਠੀਕ ਹੈ? ਲਵ ਯੂ ਪੁੱਤ। ਪਾਪਾ, ਤੁਸੀਂ ਮੈਨੂੰ ਭੁੱਲ ਤਾਂ ਨਹੀਂ ਜਾਓਗੇ? ਕਮਲੀ, ਬਾਏ ਪੁੱਤ। ਸ਼ਿਵਿੰਦਰ ਗੋਲਡੀ, ਤੂੰ ਕਿੱਥੇ? ਮੈਂ ਇੱਥੇ ਤੇਰੇ ਢਾਬੇ 'ਤੇ ਆਇਆ ਸੀਗਾ। ਮੈਂ ਤਾਂ ਇੱਥੇ ਡੈਂਟਲ ਕਾਲਜ ਆਇਆ ਯਾਰ। ਕੀ ਗੱਲ, ਕੋਈ ਦੰਦ ਨੂੰ ਕਢਾਉਣਾ ਸੀ? ਨਾ, ਸਗੋਂ ਇੱਥੋਂ ਦੀ ਇੱਕ ਨਰਸ ਆ, ਉਹ ਦੇਖ ਕੇ ਦੰਦ 'ਚ ਕੱਢਦੀ ਰਹਿੰਦੀ, ਉਹ ਤਾਂ ਟਰਾਈ ਮਾਰਨਾ ਆ। ਅੱਜ ਗੱਲ ਕਰ ਲੈਣੀ, ਜੇ ਤਾਂ ਪਲਕ ਮੰਨ ਗਈ
ਫਿਰ ਤਾਂ ਜਿਹੜਾ ਮਸੂੜਿਆਂ 'ਚ ਖੂਨ ਆਉਂਦਾ ਉਹ ਵੀ ਬੰਦ ਹੋ ਜੂ, ਨਹੀਂ ਤਾਂ ਫਿਰ ਨਸਾਂ 'ਚ ਵੀ ਆਉਣ ਲੱਗ ਜੂ, ਅੱਜ ਤੇਰੀ ਲੋੜ ਪੈ ਸਕਦੀ ਆ। ਗੋਲਡੀ ਫਿਲਹਾਲ ਤਾਂ ਤੇਰੀ ਲੋੜ ਹੈ ਯਾਰ ਮੈਨੂੰ। ਆਜਾ ਆ ਜਾ ਫਿਰ ਇੱਧਰ ਡੈਂਟਲ ਕਾਲਜ ਪਾਰਕਿੰਗ 'ਚ ਹੀ ਆ ਮੈਂ। ਚੱਲ ਠੀਕ ਆ, ਹੁਣ ਉੱਥੇ ਆਉਂਦੇ। ਲਓ ਜੀ, ਪਲਕ ਪਲਕ ਨਾਲ ਵੇਖ ਨਿਬੜਾਂਗੇ ਆਪਾਂ ਅਗਲੇ ਪਾਰਟ ਵਿੱਚ। ਤੇ ਕਹਾਣੀ ਠੀਕ ਹੈ, ਬਾਕੀ ਲੱਗੇ ਅਗਲਾ ਪਾਰਟ ਵੀ ਵੇਖੋ।